ਜੀ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਤੁਹਾਡਾ ਫਿਰ ਅੱਜ ਦੇ ਨਵੇਂ ਵਲੋਗ ਛੋਟੇ ਸਾਰੇ ਵਧੀਆ ਹੋਏ ਘੈਂਟ ਹੋਊਗੇ। ਆਪਾਂ ਆਪਣੀਆਂ ਲੱਗਣੀਆਂ ਮਸ਼ੀਨ, ਆਪਾਂ ਅੱਜ ਪਹਿਲਾਂ ਚੱਲਦੇ ਹਾਂ ਖੇਤ ਜਿਹੜੇ ਆਸੇ ਪਾਸੇ ਹੈ ਨਾ, ਵੀ ਵੱਟਾਂ ਦੇ ਨਾਲ ਨਾਲ ਔੜੇ ਹੁੰਦੇ ਆ, ਵੱਢਣੇ ਆਪਾਂ ਪਹਿਲਾਂ ਔੜੇ ਵੱਢਾਂਗੇ ਜਾ ਕੇ, ਅਤੇ ਬਾਅਦ 'ਚੋਂ ਮਸ਼ੀਨ ਵੱਟਣਾ ਫਿਰਦੀ ਨਹੀਂ, ਅਤੇ ਇੱਕ ਦੋ ਖੰਭੇ ਆ ਵਿੱਚੋਂ ਅਤੇ ਖੰਭਿਆਂ ਦੇ ਅੱਗੇ ਆਸੇ ਪਾਸਿਓਂ ਵੀ ਵੱਢਣੇ ਹੈ, ਵੱਢ ਕੇ ਆਪਾਂ ਸੁੱਟਾਂਗੇ ਉੱਤੇ, ਅਤੇ ਫਿਰ ਆਪਾਂ ਚੱਲਾਂਗੇ ਟਰੈਕਟਰ ਵਾਲੀਆਂ ਲੈ ਕੇ। ਜੌਂ ਵੱਢਾਂਗੇ ਅੱਜ 14-15 ਕਿੱਲੇ ਜੌਂ ਆ, ਅਤੇ 9 ਕਿੱਲੇ ਹਜੇ ਆਏ ਹੋਏ ਆ, ਬਾਕੀ ਹਜੇ ਨਹੀਂ ਆਏ। ਆਪਾਂ 9 ਕਿੱਲੇ ਜੌਂ ਵੱਢਣੇ ਅੱਜ, ਅਤੇ 11 ਕੁ ਵਜੇ ਕਹਿੰਦੇ ਆ ਮਸ਼ੀਨ ਆ ਜੂਗੀ, ਅਤੇ ਬਾਕੀ ਚਲੋ ਵੇਹਣੇ ਆ, ਪੱਲੀਆਂ ਪੁੱਲੀਆਂ ਲਾ ਕੇ ਆਪਣੀ ਟਰਾਲੀ ਤਿਆਰ ਹੈ। ਚਲੋ ਜੀ ਫਿਰ ਅੱਗੇ ਵੇਖਦੇ ਹਾਂ, ਹੁਣ ਆਪਾਂ ਮਿਲਦੇ ਹਾਂ ਖੇਤ। ਲਓ ਵੀ ਆ ਜੌਂ ਆ, ਅਤੇ ਉੱਥੋਂ ਆਪਾਂ ਵੱਢਿਆ ਏ, ਆਹ ਵੱਢੀ ਜਾਂਦੇ ਹਾਂ ਇਹਦੀ, ਮਤਲਬ ਕਿ ਇਹਦੇ ਕਰਕੇ ਮਸ਼ੀਨ ਨੇ ਯਾਰ ਥੱਲੇ ਨਹੀਂ ਵੜਨਾ ਹੈ ਨਾ। ਆਹ ਵੱਢ ਕੇ ਇੱਧਰ ਸੁੱਟ ਦਾਂਗੇ, ਅਤੇ ਗਾਂ ਉਹ ਟਾਹਲੀਆਂ ਥੱਲੋਂ ਵੀ, ਅਤੇ ਆਹ ਖੰਭੇ ਥੱਲੋਂ ਵੀ ਵੱਢ ਕੇ ਸਾਰੀ ਸੁੱਟਣੀ ਆਸੇ ਪਾਸੇ, ਆਹ ਵਾਹ ਬਣ ਜਾਣਗੇ ਜੌਂ ਲੱਗੇ ਪਏ ਆ। ਬਾਕੀ ਜੌਂ ਵੱਢ ਕੇ ਮੁੜ ਕੇ ਮਸ਼ੀਨ ਆਊਗੀ ਸਿੱਧੇ। ਚਲੋ ਫਿਰ ਲੱਗੇ ਪਏ ਹਾਂ, ਹੁਣ ਆ ਵੱਢ ਗਏ। ਆਪਾਂ ਚੱਲ ਪਏ ਹਾਂ ਜੌਂ ਵੱਢਣ, ਅਤੇ ਆਪਾਂ ਚੜਾਉਣੇ ਅਵਤਾਰ ਮਸ਼ੀਨ ਅੱਜ ਵੀ ਆਪਣੇ ਅਵਤਾਰ ਨੂੰ ਚੜਾ ਕੇ ਜੌਂ ਤਾਂ ਹੁਣ ਬੀ ਪਾਇਆ ਹੋਊਗਾ, ਨਿਕਲੂਗਾ ਮਾੜਾ ਵੀ ਹੈ ਜੈ ਸਿੰਘ ਤੇਰਾ। ਉਹ ਗੁਰਿੰਦਰ ਅੱਜ ਸੱਦਾ ਓਏ, ਅੱਜ ਵੀ ਗੁਰਿੰਦਰ ਸਿੰਘ ਜੌਂ ਕੱਢ ਰਿਹਾ, ਦੇਖੋ ਕੀ ਰੰਗ ਲੱਗਦੇ ਹੈ। ਕਾਰਜਾ ਦਾ ਵੱਜ ਗਿਆ ਲੱਗਦਾ, ਕੋਈ ਤਾਂ ਭਰਿਆ ਗੁੱਬਾ। ਲੈ ਜਾਓ ਕੰਜਰ ਦੇ ਇੱਕ ਅੱਧਾ ਗੁੱਪਾ ਦਾ ਪਵਾ ਲਓ, ਟਰਾਲੀਆਂ ਦੋ ਲਿਆਏ ਹੈ। ਟਰਾਲੀਆਂ ਦੋ ਲਿਆਏ ਹੈ ਤੇ ਗੁੱਪਾ ਇੱਕ ਨਹੀਂ ਭਰਿਆ, ਅਜੇ ਤੇ ਮੂਛਾਂ ਚਾੜੀ ਫਿਰਦੇ ਕੰਜਰ ਦੇ, ਜਿਵੇਂ ਅੱਜ ਹੀ ਨਹੀਂ ਲੱਗਦਾ ਸਾਰਾ ਕੁਛ ਲੈ ਕੇ ਜਾਣਗੇ। ਬਈ 2 ਕਿੱਲਿਆਂ ਜੌਂਆਂ 'ਚ ਇੱਕ ਕੁੱਪਾ ਭਰਿਆ, ਬਿੰਦੂ 5 ਕਿੱਲੇ ਜੌਂ, ਫੁੱਲ ਜੋਸ਼ ਖਾਈ ਖੜਾ। ਜੌਂ ਤਾਂ 10 ਕਿੱਲੇ ਹੈ, ਪਰ ਕਰੀਏ ਕੀ, 2 ਕਿੱਲੇ 5-6 ਕਿੱਲੇ ਯਾਰ, ਪਤਾ ਨਹੀਂ 5 ਕਿੱਲੇ ਅਤੇ ਬਾਕੀ ਕਰਾਂ ਟੋਟਾ ਮਾਰਵਾ। ਹਾਂ ਅਤੇ ਲੱਗਦਾ ਨਹੀਂ ਕੁਝ ਹੋਵੇਗਾ, ਚੱਲ ਜਿਹੜੇ ਪਰਾਂ 20 ਕਿੱਲੇ ਖੜੇ ਜੌਂ ਤੇਰੇ ਉਸ 'ਚ ਭਰ ਜੂਗਾ। ਦੂਜੇ ਟਰੈਕਟਰ ਉਧਰ ਭੇਜ ਦੇ ਗੇ, ਹਾਂ ਦੂਜੇ ਟਰੈਕਟਰ ਉਧਰ ਭੇਜ ਦੇ 5-6। ਜਿਉਂ ਹੀ ਕੰਜਰ ਦਾ ਹੋਰ ਹੀ ਕਸਮ ਵੇਲੇ ਜੇ ਤੇਰੇ ਤਾਂ। ਮਸਾਂ ਪਹਿਲਾਂ ਤਾਂ ਰੋ ਕੇ ਕੰਬਾਈਨ ਵਾਲੇ ਆਏ ਹੈ। ਜਾ ਸਹੀ ਕਰਾ ਲਾ ਕੰਮ, ਕੱਢੋ ਕਰਾ ਲਾ
ਬਣਾ ਦੂੰ ਸਟੋਰੀ ਚੈਪ ਤੇਰੀ, ਇਹ ਤਾਂ ਚੱਲ ਮੈਂ ਵਿਹਲਾ ਕਰ ਦਿੰਦਾ ਕੰਮ ਤੇਰਾ। ਤਾਰ ਇੱਥੇ ਬੇਰ ਖਾਂਦੇ ਹੋਏ ਗੋਡੇ ਤੇ ਪੱਟਾ 24 ਘੰਟੇ ਰੱਖਦਾ। ਪਹਿਲਾਂ ਪਲੇਅਰ ਸੀ, ਪਹਿਲਾਂ ਪਲੇਅਰ ਸੀਗਾ ਗੋਡਾ, ਕਿਸੇ ਨੇ ਖਿੱਚ ਲਿਆ ਕੰਧ ਉੱਤੋਂ ਦੀ, ਬੇਰ ਚੁਗੀ ਜਾਂਦਾ ਤੇ ਆਹ ਵੀ ਤਿਆਰ ਆ ਇਹ ਆਪਣੇ ਵਾਲੇ ਮਗਰ, ਉਹ ਤਾਰ ਵਾਲਾ ਟਰੈਕਟਰ ਮਗਰ ਉਹ ਚ ਘੁੱਪਾ ਪਾਇਆ ਜਿਉਂ ਉਹਨਾਂ ਦਾ ਘੇਰਾ ਬੰਨ ਲਿਆ ਤੇ ਬਾਕੀ ਬਹਿਣੇ ਦਿਖਾਉਣੇ ਆ। ਅਸੀਂ 12 ਕੁਇੰਟਲ ਮਸਾਂ ਹੀ 10 ਹੀ ਬਹਿਣਗੇ ਮੈਨੂੰ ਲੱਗਦਾ, 17 ਕੁਇੰਟਲ ਤੋਂ ਤਾਂ ਜਾ ਰਹੇ ਆ। 2 ਕਿੱਲਾ ਦੇ ਪੁੱਤਾ ਪੈ ਗਿਆ ਪਰ ਇਹ ਹੀ ਖੜਾ।
ਪਿੱਛੇ ਜਾਣ ਡਿੱਗੀ ਨਾ ਸਾਰਾ ਵੀਡੀਓ ਦਾ। ਚੱਲ ਸੌਦਾ ਕਰਤੀ
ਓਏ ਟਰਾਲੀ ਵਾਲਾ ਗੰਦਾ ਤੇਲ ਤਾਂ ਨਹੀਂ ਜਾਂਦਾ ਉਸ 'ਚ? ਕੱਲ ਹੀ ਸਰਵਿਸ ਕਰਾ ਕੇ ਲਿਆ, ਇੱਕ ਢੋਲ ਜਿਹਾ ਨਵਾਂ ਪਾ ਕੇ ਲਿਆ ਉਸ 'ਚ। ਪਿਆ ਰਹਿੰਦੇ ਦੂਜੀ 'ਚ ਵਾਹਵਾ ਲੱਗੂ ਇੰਨੇ ਨਾਲ, ਪਾਉਣੇ ਤਾਂ ਜੁਆਂ ਹੀ ਹੈ। ਆਹ ਚਾਦਰ ਕਿਉਂ ਪਾ ਲੈਂਦੇ ਗੇ? ਯੋਂਗੇ ਪਿਆਤੀ ਟਰੈਕਟਰ ਵਾਂ ਪਿੱਠਾ ਦਿੱਤੀ, ਅਜੇ ਕਿਹੜਾ ਸੀ ਇੱਕ ਪਾਇਆ ਸੀ ਇੱਧਰ ਤਾਂ। ਮਾੜੇ ਬੰਦੇ ਲੈ ਕੇ ਬਹਿ ਜਾਂਦੇ ਆ। ਆ ਗਏ ਸੀ ਖੇਤ, ਮਸ਼ੀਨ ਦਾ ਮਾੜੀ ਦੀ ਪਤਾ ਕਿਸੇ ਸੈੱਟ ਕਰ ਲਈ। ਹੁਣ ਹੁਣੇ ਜਿਉਂ ਟਰਾਲੀ 'ਚ ਇੱਕ ਪਤਾ ਪਿਆ ਵਾ, ਅਵਤਾਰ ਬੈਠਤੀ। ਚੱਲ ਗੜ ਲਾ ਤੂੰ ਚੱਪੜ ਦਾ। ਅੱਲਾ ਹਬੀਬੀ ਤੁਮ ਚੱਪਲ ਦੇਖਤੀ। ਲਾਸਟ ਕਿਹੜਾ? ਆਹ ਵੜਾਈ ਹੋ ਗਈ ਆਪਣੀ ਲਗਭਗ ਤੇ ਹੁਣ ਆਪਾਂ ਚੱਲਦੇ ਉੱਧਰ। 3 ਕਿੱਲੇ ਰਹਿ ਗਏ ਤੇ ਉੱਧਰ 3 ਕਿੱਲੇ ਚੱਲਦੇ ਆਪਾਂ, ਬਾਕੀ 3 ਕਿੱਲੇ ਹੋਰ ਹਰੇ ਆ। ਚੱਲੀ ਜਾਂਦੀ ਹੈ ਅਤੇ ਆਹ 3 ਕਿੱਲੇ ਇੱਥੇ ਆ। ਆਹ ਜਿਹੜਾ ਆਪਾਂ ਥਾਂ ਮਿੱਟੀ ਨਾਲ ਚੱਕਿਆ ਸੀਗਾ ਟਰੈਕਟਰ ਨਾਲ, ਡੋਲੀ ਕਿਰਾਏ ਨਾਲ ਉੱਤੇ ਸਿੱਟੀ ਸੀ। ਆਹ
ਇਹ ਆਪਣੇ ਜੋ ਪੈਪਸੀ ਦਾ ਨਹੀਂ ਸੀਗੇ ਮਗਰ ਸੈਂਤੀ ਫਿਰ ਤਾਂ ਮੇਰੇ ਵੀ ਇਹੋ ਜਿਹੇ ਹੋਣਗੇ ਸੰਸੇ ਚ ਕਿਉਂ ਹੈ ਪਾਣੀ ਵਾਧੂ ਸੀ ਇਹਨਾਂ ਦੇ ਪਾਣੀ ਚਾਰ ਠੋਕੇ ਗੰਜਰਦੇ ਨੇ